ਅੱਜ ਜਿਹੜੀ ਅਸੀਂ ਕਿਰਿਆ ਕਰਨੀ ਹੈ ਉਸਦਾ ਨਾਮ ਹੈ ਤਰਲ ਬਰਤਨ ਦੀਆਂ ਦੀਵਾਰਾਂ 'ਤੇ ਸਮਾਨ ਉੱਚਾਈ ਜਾਂ ਡੂੰਘਾਈ 'ਤੇ ਸਮਾਨ ਦਬਾਅ ਪਾਉਂਦਾ ਹੈ। ਹੁਣ ਅਸੀਂ ਇਸ ਐਕਟੀਵਿਟੀ ਨੂੰ ਕਰਨ ਲਈ ਇੱਕ ਪਲਾਸਟਿਕ ਦੀ ਬੋਟਲ ਲਈ ਹੈ। ਇਸ ਪਲਾਸਟਿਕ ਦੀ ਬੋਟਲ ਦੇ ਬੋਟਮ ਦੇ ਨੀਅਰ ਮੈਂ ਕੁਛ ਛੇਕ ਕੀਤੇ ਹੈ ਜਿਹੜੇ ਕਿ ਇਕੁਅਲ ਹਾਈਟ 'ਤੇ ਕੀਤੇ ਹੈ, ਠੀਕ ਹੈ। ਅਤੇ ਉਹਨਾਂ ਛੇਕਾਂ ਨੂੰ ਹਾਈਲਾਈਟ ਕਰਨ ਲਈ ਮੈਂ ਬਲੈਕ ਮਾਰਕਰ ਦੇ ਨਾਲ ਮਾਰਕ ਕੀਤਾ ਹੋਇਆ। ਇਸ ਬੋਟਲ ਦੇ ਵਿੱਚ ਮੈਂ ਪਹਿਲਾਂ ਤੋਂ ਹੀ ਪਾਣੀ ਭਰ ਕੇ ਰੱਖਿਆ ਹੋਇਆ। ਹੁਣ ਅਸੀਂ ਇਸ ਐਕਟੀਵਿਟੀ ਨੂੰ ਕਰਨ ਲਈ ਇਸ ਬੋਟਲ ਦਾ ਢੱਕਣ ਯੂਜ਼ ਕਰਾਂਗੇ ਅਤੇ ਇਹਨਾਂ ਛੇਕਾਂ ਵਿੱਚੋਂ ਜਿਹੜਾ ਪਾਣੀ ਨਿਕਲੇਗਾ, ਪਾਣੀ ਦੀ ਧਾਰਾਵਾਂ ਨਿਕਲਣਗੀਆਂ, ਅਸੀਂ ਦੇਖਾਂਗੇ ਕਿ ਉਹ ਕਿਸ ਤਰ੍ਹਾਂ ਨਿਕਲਦੀਆਂ ਅਤੇ ਕਿੰਨੀ ਦੂਰੀ ਤੱਕ ਜਾਂਦੀਆਂ। ਸੋ ਲੈਟ ਅਸ ਸਟਾਰਟ। ਬੋਟਲ ਦਾ ਢੱਕਣ ਮੈਂ ਯੂਜ਼ ਕਰ ਰਹੀ ਹਾਂ ਅਤੇ ਹੁਣ ਪਾਣੀ ਦੀਆਂ ਧਾਰਾਵਾਂ ਨਿਕਲਣਾ ਸ਼ੁਰੂ ਹੋਣੀਆਂ, ਤੁਸੀਂ ਧਿਆਨ ਨਾਲ ਓਬਜ਼ਰਵ ਕਰਨਾ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਛੇਕਾਂ ਵਿੱਚੋਂ ਜਿਹੜੀ ਪਾਣੀ ਦੀ ਧਾਰਾਵਾਂ ਨਿਕਲ ਰਹੀ ਹੈ ਉਹ ਇਕੁਅਲ ਦੂਰੀ 'ਤੇ ਜਾ ਰਹੀ ਹੈ, ਸਮਾਨ ਦੂਰੀ 'ਤੇ ਜਾ ਰਹੀ ਹੈ। ਅਜਿਹਾ ਕਿਉਂ ਹੋਇਆ? ਕਿਉਂਕਿ ਅਸੀਂ ਜਿਹੜੇ ਸੁਰਾਖ ਕੀਤੇ ਸੀ ਉਹ ਸਮਾਨ ਉੱਚਾਈ 'ਤੇ ਕੀਤੇ ਸੀ। ਜਿਹੜਾ ਤਰਲ ਹੈ ਬਰਤਨ ਦੀਆਂ ਦੀਵਾਰਾਂ 'ਤੇ ਸਮਾਨ ਉੱਚਾਈ ਜਾਂ ਸਮਾਨ ਡੂੰਘਾਈ 'ਤੇ ਇੱਕ ਸਮਾਨ ਦਬਾਅ ਪਾਉਂਦਾ ਹੈ, ਤਾਂ ਹੀ ਜਿਹੜੀ ਪਾਣੀ ਦੀਆਂ ਧਾਰਾਵਾਂ ਬੋਤਲ ਦੇ ਸੁਰਾਖਾਂ ਵਿੱਚੋਂ ਨਿਕਲੀਆਂ ਉਹ ਸਮਾਨ ਦੂਰੀ 'ਤੇ ਗਈਆਂ, ਕਿਉਂਕਿ ਉਹਨਾਂ ਸੁਰਾਖਾਂ ਦੇ ਨੀਅਰ ਜਿਹੜਾ ਤਰਲ ਦਾ ਦਬਾਅ ਸੀ ਦੀਵਾਰ 'ਤੇ ਉਹ ਬਿਲਕੁਲ ਇੱਕ ਸਮਾਨ ਜਿਹੜਾ ਸੀ ਲੱਗ ਰਿਹਾ ਸੀ। ਆਈ ਥਿੰਕ ਤੁਹਾਨੂੰ ਐਕਟੀਵਿਟੀ ਸਮਝ ਆਈ ਹੋਏਗੀ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਾ ਵੀਡੀਓ।